ਇੰਡੀਆ ਨਿਊਜ਼। ਤੇ ਪੰਜਾਬ ਦੀ ਹੁਣ ਗੱਲ ਕਰਦੇ ਆ, ਟਿੱਡੀ ਦਲ ਜਿਹੜਾ ਪੰਜਾਬ ਦੇ ਵੱਲ ਵੱਜ ਚੁੱਕਿਆ। ਪੰਜਾਬ ਦੇ ਵਿੱਚ ਟਿੱਡੀ ਦਲ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਹ ਟਿੱਡੀ ਦਲ ਖੇਤਾਂ 'ਤੇ ਹਮਲਾ ਕਰ ਚੁੱਕਿਆ। ਕਿਸਾਨ ਪਰੇਸ਼ਾਨ ਨੇ, ਟਿੱਡੀ ਦਲ ਪੰਜਾਬ ਦੇ ਵੱਲ ਰੁੱਖ ਕਰ ਚੁੱਕਿਆ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਟਿੱਡੀ ਦਲ ਪਹੁੰਚ ਚੁੱਕਿਆ। ਕਣਕ ਦੀ ਫਸਲ ਨੂੰ ਬਰਬਾਦ ਕਰ ਰਿਹਾ ਟਿੱਡੀ ਦਲ। ਪੰਜਾਬ ਦੇ ਕਿਸਾਨ ਪਰੇਸ਼ਾਨ ਨੇ, ਆਖਿਰਕਾਰ ਕਿਸ ਤਰੀਕੇ ਦੇ ਨਾਲ ਇਸ ਟਿੱਡੀ ਦਲ ਤੋਂ ਬਚਿਆ ਜਾਵੇ। ਕਣਕ ਦੀ ਫਸਲ ਨੂੰ ਬਰਬਾਦ ਕਰ ਰਿਹਾ ਟਿੱਡੀ ਦਲ। ਮਾਨਸਾ, ਬਠਿੰਡਾ ਅਤੇ ਸ਼੍ਰੀ ਮੁਕਤਸਰ ਸਾਹਿਬ 'ਤੇ ਟਿੱਡੀ ਦਲ ਦੇ ਹਮਲੇ ਦੀ ਮਾਰ ਦਿਖਾਈ ਦੇ ਰਹੀ ਹੈ। ਕਿਸਾਨਾਂ ਦੇ ਵੱਲੋਂ ਟਿੱਡੀ ਦਲ ਨੂੰ ਭਜਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਰਾਜਸਥਾਨ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਟਿੱਡੀ ਦਲ ਨੇ ਰੁੱਖ ਕੀਤਾ ਪੰਜਾਬ ਦਾ। ਜਲਾਲਾਬਾਦ, ਅਬੋਹਰ ਤੋਂ ਬਾਅਦ ਮਾਨਸਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਦੇ ਵੱਲ ਇਹ ਟਿੱਡੀ ਦਲ ਨੇ ਰੁੱਖ ਕਰ ਦਿੱਤਾ ਹੈ। ਬੀਤੇ ਦਿਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਅਲਰਟ ਇੰਨਾ ਹੀ ਜ਼ਿਲ੍ਹਿਆਂ ਦੇ ਵਿੱਚ ਜਾਰੀ ਕੀਤਾ ਗਿਆ ਸੀ। ਟਿੱਡੀ ਦਲ ਦੀ ਮਾਰ ਇਹਨਾਂ ਸੂਬਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਕਣਕਾਂ ਨੂੰ ਬਰਬਾਦ ਕਰ ਰਿਹਾ ਟਿੱਡੀ ਦਲ। ਕਿਸਾਨ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਟਿੱਡੀ ਦਲ ਤੋਂ ਬਚਣ ਦੀਆਂ, ਕਿਸ ਤਰੀਕੇ ਦੇ ਨਾਲ ਫਸਲਾਂ ਨੂੰ ਬਚਾਇਆ ਜਾਵੇ। ਘਰ ਦਾ ਹਰ ਇੱਕ ਜੀ ਇਹਨਾਂ ਫਸਲਾਂ ਨੂੰ ਬਚਾਉਣ ਦੇ ਵਿੱਚ ਲੱਗਿਆ ਹੋਇਆ। ਮਾਨਸਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ 'ਤੇ ਖੇਤਾਂ ਦੇ ਉੱਤੇ ਟਿੱਡੀ ਦਲ ਦਾ ਹਮਲਾ ਜਿਹੜਾ ਜਾਰੀ ਹੈ। ਕਿਸਾਨਾਂ ਦੇ ਵੱਲੋਂ ਟਿੱਡੀ ਦਲ ਨੂੰ ਭਜਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਤਸਵੀਰਾਂ ਟੀਵੀ ਸਕਰੀਨ 'ਤੇ ਦੇਖ ਰਹੇ ਹੋ। ਹਰ ਇੱਕ ਵਿਅਕਤੀ ਖੇਤਾਂ ਦੇ ਵਿੱਚ ਪਹੁੰਚ ਕੇ ਇਸ ਟਿੱਡੀ ਦਲ ਨੂੰ ਕੱਪੜਿਆਂ ਦੇ ਨਾਲ, ਆਵਾਜ਼ਾਂ ਦੇ ਨਾਲ ਭਜਾਉਣ ਦੀ ਕੋਸ਼ਿਸ਼ ਕਰ ਰਹੇ। ਤਸਵੀਰਾਂ ਟੀਵੀ ਸਕਰੀਨ 'ਤੇ ਤੁਹਾਡੇ ਸਾਹਮਣੇ ਨੇ। ਹਮਲਾ ਟਿੱਡੀ ਦਲ ਦਾ ਰਾਜਸਥਾਨ ਤੋਂ ਬਾਅਦ ਪੰਜਾਬ ਦੇ ਖੇਤਾਂ ਦੇ ਉੱਤੇ ਵੀ ਦਿਖਾਈ ਦੇ ਰਿਹਾ। ਕਿਸਾਨ ਪਰੇਸ਼ਾਨ ਨੇ ਕਿ ਆਖਿਰਕਾਰ ਇਸ ਟਿੱਡੀ ਦਲ ਤੋਂ ਨਿਜਾਤ ਕਿਸ ਤਰ੍ਹਾਂ ਪਾਈ ਜਾਵੇ। ਮਾਨਸਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ 'ਤੇ ਟਿੱਡੀ ਦਲ ਦਾ ਹਮਲਾ ਜਿਹੜਾ ਖੇਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਕਿਸਾਨ ਪਰੇਸ਼ਾਨ ਨੇ, ਆਖਿਰਕਾਰ ਕਿਸ ਤਰ੍ਹਾਂ ਬਚਿਆ ਜਾਵੇ। ਪੰਜਾਬ 'ਤੇ ਟਿੱਡੀ ਦਲ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ। ਦੇਖਿਆ ਜਾਵੇ ਇਹ ਟਿੱਡੀ ਦਲ ਇੱਕ ਬੜੇ ਵੱਡੇ ਝੁੰਡ ਦੇ ਵਿੱਚ ਆਉਂਦਾ ਹੈ। ਜੇਕਰ ਰਾਤ ਸਮੇਂ ਖੇਤਾਂ ਦੇ ਵਿੱਚ ਇਹ ਆਂਡੇ ਦੇ ਦੇਵੇ ਤਾਂ ਜਿਹੜਾ ਟਿੱਡੀ ਦਲ ਹੈ ਹੋਰ ਵੀ ਤਾਦਾਦ ਦੇ ਵਿੱਚ ਹਮਲਾ ਕਰ ਦਿੰਦਾ ਹੈ। ਕਣਕ ਦੀ ਫਸਲ ਨੂੰ ਬਰਬਾਦ ਕਰ ਰਹੇ। ਰਾਜਸਥਾਨ ਤੋਂ ਬਾਅਦ ਜਿਹੜਾ ਨੁਕਸਾਨ ਪੰਜਾਬ ਦੇ ਖੇਤਾਂ ਦਾ ਦਿਖਾਈ ਦੇ ਰਿਹਾ। ਜੋ ਤਸਵੀਰਾਂ ਰਾਜਸਥਾਨ ਤੋਂ ਸਾਹਮਣੇ ਆਈਆਂ ਸਨ, ਉਸ ਤੋਂ ਬਾਅਦ ਇਸੇ ਤਰ੍ਹਾਂ ਦਾ ਮੰਜ਼ਰ ਪੰਜਾਬ ਦੇ ਖੇਤਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਮਾਨਸਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਅਬੋਹਰ ਤੋਂ ਬਾਅਦ ਮਾਨਸਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਟਿੱਡੀ ਦਲ ਦੀ ਮਾਰ ਕਿਸਾਨਾਂ 'ਤੇ ਪੈਂਦੇ ਹੋਏ ਦਿਖਾਈ ਦੇ ਰਹੀ ਹੈ। ਕਿਸਾਨ ਪਰੇਸ਼ਾਨ ਨੇ, ਚਿਹਰੇ ਮੁਰਝਾ ਚੁੱਕੇ ਨੇ ਕਿ ਆਖਿਰਕਾਰ ਇਸ ਟਿੱਡੀ ਦਲ ਤੋਂ ਬਚਿਆ ਕਿਸ ਤਰ੍ਹਾਂ ਜਾਵੇ, ਕਿਉਂਕਿ ਇਹ ਟਿੱਡੀ ਦਲ ਅਜਿਹਾ ਦਲ ਹੈ ਜਿਸ 'ਤੇ ਕੋਈ ਸਪਰੇਅ ਦਾ ਅਸਰ ਨਹੀਂ ਹੁੰਦਾ। ਇਹਨਾਂ ਨੂੰ ਮਾਰਿਆ ਨਹੀਂ ਜਾ ਸਕਦਾ, ਇਹਨਾਂ ਨੂੰ ਸਿਰਫ ਭਜਾਇਆ ਜਾ ਸਕਦਾ। ਬੜੀ ਵੱਡੀ ਤਾਦਾਦ, ਲੱਖਾਂ ਦੀ ਗਿਣਤੀ ਵਿੱਚ ਇਹ ਟਿੱਡੀ ਦਲ ਜਿਹੜਾ ਹਮਲਾ ਕਰਦਾ, ਹਰੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ। ਕਿਸਾਨ ਇਸੇ ਕਰਕੇ ਪਰੇਸ਼ਾਨ ਹੈ ਕਿਉਂਕਿ ਐਡੇ ਵੱਡੇ ਤਾਦਾਦ ਦੇ ਵਿੱਚ ਜੇਕਰ ਇਹ ਹਮਲਾ ਹੋ ਜਾਂਦਾ, ਜੋ ਕਿ ਹੋ ਚੁੱਕਾ, ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕੇ, ਕਿਉਂਕਿ ਇਸ ਸਮੇਂ ਫਸਲਾਂ ਹਰੀਆਂ ਖੇਤਾਂ ਦੇ ਵਿੱਚ ਖੜੀਆਂ ਨੇ। ਪੰਜਾਬ ਦੇ ਵੱਖ ਵੱਖ ਸੂਬਿਆਂ ਤੋਂ ਇਹ ਖਬਰਾਂ ਆ ਰਹੀਆਂ ਨੇ, ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਹ ਖਬਰਾਂ ਆ ਰਹੀਆਂ ਨੇ ਟਿੱਡੀ ਦਲ ਦੇ ਹਮਲੇ ਦੀਆਂ। ਕਣਕ ਦੀ ਫਸਲ ਜਿਹੜੀ ਇਸ ਸਮੇਂ ਖੇਤਾਂ ਦੇ ਵਿੱਚ ਲਹਿਰਾ ਰਹੀ ਹੈ, ਜਿਸ ਨੂੰ ਲੈ ਕੇ ਟਿੱਡੀ ਦਲ ਦੇ ਕਾਰਨ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ, ਰਾਤ ਦਿਨ ਰਾਖੀ ਕਰ ਰਹੇ ਨੇ ਖੇਤਾਂ ਦੀ। ਦੂਜੇ ਪਾਸੇ ਬਾਕੀ ਜਿਹੜੇ ਜ਼ਿਲ੍ਹੇ ਨੇ, ਜੇਕਰ ਇਹ ਟਿੱਡੀ ਦਲ ਉਹਨਾਂ 'ਤੇ ਵੀ ਹਮਲਾ ਕਰਦਾ ਹੈ ਤਾਂ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਲੈ ਕੇ ਕਿਸਾਨ ਪਰੇਸ਼ਾਨ ਨੇ। ਕਿਸਾਨਾਂ ਦਾ ਕਹਿਣਾ ਕਿ ਕੋਈ ਵੀ ਮਦਦ ਸਰਕਾਰ ਦੇ ਵੱਲੋਂ ਨਹੀਂ ਮਿਲ ਰਹੀ। ਮੰਡੀ ਦਾ ਹਰਪ੍ਰੀਤ ਸਿੰਘ, ਜੋ ਕਿਸਾਨ ਖੇਤੀ ਕਰਦੇ ਆ 100 ਏਕੜ ਦੀ, ਅਤੇ ਇਹ ਸੁਬਹਾ ਰੇਹ ਪਾ ਰਹੇ ਸੀਗੇ ਇੱਥੇ, ਜਦੋਂ ਰੇਹ ਖਿਲਾਰਦੇ ਯੂਰੀਆ ਰੇਹ ਕਣਕ ਕੋਰ ਸੀਗੀ, ਅੱਗੇ ਅੱਗੇ ਇਹਨਾਂ ਦੇ ਜਦੋਂ ਇਹ ਟਿੱਡੇ ਉੱਡਣ ਲੱਗੇ ਤਾਂ ਇਹਨਾਂ ਨੂੰ ਉਸ ਤਰ੍ਹਾਂ ਪਤਾ ਲੱਗਿਆ। ਫਿਰ ਹੌਲੀ ਹੌਲੀ ਇਹਨਾਂ ਨੇ ਆਸੇ ਪਾਸੇ ਸਾਰਿਆਂ ਨੂੰ ਫੋਨ ਕੀਤੇ, ਅਸੀਂ ਸਾਰੇ ਜਾਣੇ ਜੋ ਗੁਆਂਢੀ ਖੇਤਾਂ ਵਾਲੇ ਇੱਥੇ ਆਏ ਅਤੇ ਆ ਕੇ ਸਾਰਿਆਂ ਨੇ ਅਸੀਂ ਦੇਖਿਆ, ਹਰ ਇੱਕ ਕਿਆਰੇ ਦੇ ਵਿੱਚ ਕਿੱਲੇ ਕੁ ਦਾ ਇੱਕ ਕਿਆਰਾ ਹੁੰਦਾ, ਅਸੀਂ ਜੋ ਤੁਰ ਕੇ ਵੇਖਿਆ ਹਰ ਇੱਕ ਕਿਆਰੇ 'ਚੋਂ 5-10 ਟਿੱਡੇ ਉੱਡ ਕੇ ਹਵਾ ਦੇ ਹਿਸਾਬ ਨਾਲ ਉੱਡਦੇ ਆ, ਇਹ ਅੱਗੇ ਬੈਠ ਜਾਂਦੇ ਆ। ਜ਼ਿਆਦਾ ਇਹ ਥੋੜ੍ਹਾ ਕਿ ਜੋ ਕੋਰ ਕਣਕ ਆ ਜਿਹਨੂੰ ਪਾਣੀ ਨਹੀਂ ਲੱਗਿਆ ਉਸ 'ਚ ਜ਼ਿਆਦਾ ਸ਼ਿਕਾਇਤ ਆਈ। ਸਾਰੇ ਤੁਰ ਫਿਰ ਕੇ ਅਸੀਂ 100 ਏਕੜ ਦੇ ਕਰੀਬ ਰਕਬਾ ਘੁੰਮ ਲਿਆ। ਟਿੱਡੀ ਦਲ ਦਾ ਹਮਲਾ ਪੰਜਾਬ ਦੇ ਵਿੱਚ ਹੋ ਚੁੱਕਿਆ। ਮਾਨਸਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਖੇਤਾਂ ਦੇ ਵਿੱਚ ਟਿੱਡੀ ਦਲ ਦੀ ਮਾਰ ਦਿਖਾਈ ਦੇ ਰਿਹਾ। ਕਿਸਾਨ ਪਰੇਸ਼ਾਨ ਨੇ। 3 ਤਸਵੀਰਾਂ ਮੁਕਤਸਰ, ਬਠਿੰਡਾ, ਮਾਨਸਾ ਤੋਂ ਦੇਖਣ ਨੂੰ ਮਿਲ ਰਹੀਆਂ ਨੇ। ਕਿਸਾਨ ਜਿਹੜੇ ਟਿੱਡੀ ਦਲ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਟਿੱਡੀ ਦਲ ਦਾ ਹਮਲਾ ਪੰਜਾਬ ਦੇ ਖੇਤਾਂ 'ਤੇ ਹੋ ਚੁੱਕਾ। ਜਲਾਲਾਬਾਦ, ਅਬੋਹਰ ਦੇ ਪਿੰਡਾਂ ਤੋਂ ਬਾਅਦ ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਨੂੰ ਲੈ ਕੇ ਇਸ ਸਮੇਂ ਆਲਮ ਜਿਹੜਾ ਗੰਭੀਰ ਬਣ ਚੁੱਕਿਆ, ਮਾਹੌਲ ਗੰਭੀਰ ਹੈ। ਕਿਸਾਨ ਪਰੇਸ਼ਾਨ ਨੇ ਕਿ ਆਖਿਰਕਾਰ ਇਹਨਾਂ ਟਿੱਡੀਆਂ ਤੋਂ ਨਜਾਤ ਕਿੱਦਾਂ ਪਾਈ ਜਾ ਸਕੇ। ਫਸਲਾਂ ਜਿਹੜੀਆਂ ਖੜੀਆਂ ਨੇ, ਹਰੀਆਂ ਫਸਲਾਂ ਨੂੰ ਇਹ ਟਿੱਡੀ ਦਲ ਨੁਕਸਾਨ ਪਹੁੰਚਾਉਂਦਾ, ਮਾਰਿਆ ਨਹੀਂ ਜਾ ਸਕਦਾ, ਸਪਰੇਅ ਦਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ। ਆਵਾਜ਼, ਉੱਚੀ ਆਵਾਜ਼ ਕਰਕੇ ਹੀ ਇਸ ਟਿੱਡੀ ਦਲ ਨੂੰ ਭਜਾਇਆ ਜਾ ਸਕਦਾ। ਰਾਤ ਦੇ ਸਮੇਂ ਇਸ ਟਿੱਡੀ ਦਲ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ, ਭਜਾਇਆ ਨਹੀਂ ਜਾ ਸਕਦਾ। ਰਾਤ ਦਿਨ
जिहड़े किसान ने खेतों के खड़े ने इन्हां टिड्डी दल नूं लैके टिड्डी दल तो जिहड़ा खतरा एडा वड्डा सता रहा किसान उहदे करके परेशान ने। तस्वीर टीवी स्क्रीन पर देख रहे हो बठिंडा मानसा श्री मुकतसर साहब दी। किसान परेशान ने रात दिन खेतों के खड़े ने कि आखिरकार किस तरीके दे नाल इस टिड्डी दल तो बचा जा सकता है। ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ ਇੱਕ ਮਡਿਊਲ 5.5 ਬੈਂਡ ਹੋਣ ਕਰਕੇ ਸਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ? ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ। ਹੁਣੇ ਕਾਲ ਕਰੋ 90419 90419।